ਗਲੀਆਂ ਮੁਹੱਲਿਆਂ 'ਚ ਕੁੱਤਿਆਂ ਦੀ ਇੰਨੀ ਕੁ ਦਹਿਸ਼ਤ ਹੈ ਕਿ ਲੋਕਾਂ ਦਾ ਲੰਘਣਾ ਵੀ ਮੁਹਾਲ ਹੋ ਗਿਆ ਹੈ। ਹੁਣ ਇੱਥੇ ਸਕੂਲ ਜਾਂਦੇ ਬੱਚਿਆਂ ਨੂੰ ਵੀ ਇਹ ਕੁੱਤੇ ਪੈਂਦੇ ਨੇ, ਜਿਸ ਕਰਕੇ ਕਈ ਵਾਰ ਹਾਦਸੇ ਵੀ ਵਾਪਰੇ ਨੇ। ਇਹ ਤਾਜ਼ਾ ਮਾਮਲਾ ਸਾਹਮਣੇ ਆਇਆ ਪਟਿਆਲਾ ਤੋਂ, ਜਿੱਥੇ ਇੱਕ ਮਾਂ ਆਪਣੇ ਬੱਚਿਆਂ ਨੂੰ ਸਕੂਟੀ ਤੇ ਸਕੂਲ ਛੱਡਣ ਜਾ ਰਹੀ ਸੀ ਤਾਂ ਰਾਹ ਦੇ ਵਿੱਚ ਹੀ ਉਸਨੂੰ ਕੁੱਤੇ ਪੈ ਗਏ। ਕੁੱਤਿਆਂ ਨੇ ਹਮਲਾ ਕੀਤਾ ਤਾਂ ਸਕੂਟਰੀ ਦਾ ਸੰਤੁਲਨ ਵਿਗੜ ਗਿਆ, ਜਿਸ ਕਰਕੇ ਮਾਂ ਤੇ ਬੱਚੇ ਸਾਰੇ ਸੜਕ ਤੇ ਡਿੱਗ ਗਏ ਤੇ ਬੁਰੀ ਤਰ੍ਹਾਂ ਜ਼ਖਮੀ ਹੋ ਗਏ। ਇੱਥੇ ਵੀ ਦੱਸਿਆ ਜਾ ਰਿਹਾ ਕਿ ਸੜਕ ਵੀ ਟੁੱਟੀ ਹੋਈ ਹੈ ਤੇ ਉਸੇ ਥਾਂ ਤੇ ਇਹ ਅਵਾਰਾ ਕੁੱਤੇ ਨੇ ਜੋ ਭੌਂਕਦੇ ਨੇ, ਰਾਹਗੀਰਾਂ ਨੂੰ ਪੈਂਦੇ ਨੇ, ਹਮਲਾ ਕਰਦੇ ਨੇ, ਜਿਸ ਕਰਕੇ ਪਹਿਲਾਂ ਵੀ ਕਈ ਵਾਰ ਹਾਦਸੇ ਵਾਪਰ ਚੁੱਕੇ ਨੇ। ਤਾਂ ਹੁਣੇ ਸਕੂਲ ਜਾਂਦੇ ਹੋਏ ਨਿੱਕੇ ਨਿੱਕੇ ਬੱਚਿਆਂ ਦੇ ਨਾਲ ਉਹਨਾਂ ਦੀ ਮਾਂ ਸੀ ਸਕੂਟੀ ਤੇ ਸਕੂਲ ਛੱਡਣ ਜਾ ਰਹੀ ਸੀ ਤਾਂ ਰਾਹ ਦੇ ਵਿੱਚ ਹੀ ਕੁੱਤਿਆਂ ਨੇ ਭੌਂਕਣਾ ਸ਼ੁਰੂ ਕਰ ਦਿੱਤਾ ਤੇ ਐਕਟਿਵਾ ਵੱਲ ਵੱਧਦੇ ਹੋਏ ਹਮਲਾ ਕਰਨ ਲੱਗੇ, ਜਿਸ ਤੋਂ ਬਚਦੀ ਹੋਈ ਇਸ ਮਹਿਲਾ ਦੇ ਵੱਲੋਂ ਆਪਣੇ ਵੱਲੋਂ ਤਾਂ ਸਕੂਟੀ ਸਾਈਡ ਤੇ ਕੀਤੀ ਜਾਂਦੀ ਹੈ, ਪਰ ਸੜਕ ਟੁੱਟੀ ਹੋਣ ਕਾਰਨ ਸੰਤੁਲਨ ਵਿਗੜ ਜਾਂਦਾ ਹੈ ਤੇ ਬੱਚਿਆਂ ਸਣੇ ਇਹ ਮਾਂ ਸੜਕ ਤੇ ਡਿੱਗ ਜਾਂਦੀ ਹੈ, ਬੁਰੀ ਤਰ੍ਹਾਂ ਦੇ ਨਾਲ ਜ਼ਖਮੀ ਹੋ ਜਾਂਦੀ ਹੈ। ਤਸਵੀਰਾਂ ਦਿਖਾਈਆਂ ਨਹੀਂ ਜਾ ਸਕਦੀਆਂ ਕਿਉਂਕਿ ਇੱਥੇ ਮਾਂ ਵੀ ਖੂਨ ਨਾਲ ਲੱਥਪੱਥ ਹੈ। ਗਨੀਮਤ ਰਹੀ ਹੈ ਕਿ ਜਾਨ ਬਚ ਗਈ ਹੈ, ਪਰ ਜੇਕਰ ਪਿੱਛੋਂ ਕੋਈ ਭਾਰੀ ਵਾਹਨ ਆ ਰਿਹਾ ਹੁੰਦਾ ਤਾਂ ਹਾਦਸਾ ਹੋਰ ਵੀ ਵੱਡਾ ਹੋ ਸਕਦਾ ਸੀ ਤੇ ਜਾਨੀ ਨੁਕਸਾਨ ਵੀ ਹੋ ਸਕਦਾ ਸੀ। ਤਸਵੀਰਾਂ ਪਟਿਆਲਾ ਦੀ ਆਫਿਸਰ ਕਲੋਨੀ ਦੀਆਂ ਨੇ, ਜਿੱਥੇ ਇੱਕ ਪਾਸੇ ਤਾਂ ਸੜਕ ਦਾ ਬੁਰਾ ਹਾਲ ਹੈ ਤਾਂ ਦੂਜੇ ਪਾਸੇ ਇਸੇ ਸੜਕ ਤੋਂ ਲੰਘਣ ਵਾਲਿਆਂ ਨੂੰ ਕੁੱਤੇ ਬੇਹੱਦ ਪਰੇਸ਼ਾਨ ਕਰਦੇ ਨੇ, ਭੌਂਕਦੇ ਨੇ, ਹਮਲਾ ਕਰਦੇ ਨੇ, ਜਿਨ੍ਹਾਂ ਤੋਂ ਬਚਦੇ ਰਾਹਗੀਰ ਹਾਦਸੇ ਦਾ ਸ਼ਿਕਾਰ ਹੋ ਜਾਂਦੇ ਨੇ। ਅਜਿਹਾ ਹੀ ਕੁਛ ਇੱਥੇ ਸੌਰਵ ਦੇ ਨਾਲ ਵੀ ਹੋਇਆ ਹੈ, ਜੋ ਆਪਣੇ ਬੱਚਿਆਂ ਨੂੰ ਸਵੇਰ ਸਮੇਂ ਸਕੂਲ ਛੱਡਣ ਜਾ ਰਹੀ ਸੀ ਤਾਂ ਸਵੇਰੇ ਸਵੇਰੇ ਹੀ ਜਦੋਂ ਇਸ ਸਕੂਟੀ ਤੇ ਇਸ ਰਾਹ ਤੋਂ ਲੰਘ ਰਹੀ ਸੀ ਆਫਿਸਰ ਕਲੋਨੀ ਦੇ ਵਿੱਚੋਂ, ਤਾਂ ਇੱਥੇ ਕੁੱਤਿਆਂ ਦੇ ਵੱਲੋਂ ਭੌਂਕਣਾ ਸ਼ੁਰੂ ਕਰ ਦਿੱਤਾ ਜਾਂਦਾ ਹੈ ਤੇ ਐਕਟਿਵਾ ਵੱਲ ਵੱਧਦੇ ਹੋਏ ਉਹਨਾਂ ਦੇ ਵੱਲੋਂ ਹਮਲਾ ਕਰ ਦਿੱਤਾ ਜਾਂਦਾ ਹੈ, ਜਿਸ ਤੋਂ ਬਚਦੀ ਇਹ ਮਹਿਲਾ ਸੜਕ ਤੇ ਡਿੱਗ ਜਾਂਦੀ ਹੈ ਤੇ ਬੱਚੇ ਵੀ ਨਾਲ ਹੀ ਡਿੱਗ ਜਾਂਦੇ ਨੇ, ਬੁਰੀ ਤਰ੍ਹਾਂ ਜ਼ਖਮੀ ਹੋ ਜਾਂਦੇ ਨੇ, ਰੋ ਰੋ ਬੇਹਾਲ ਹੋ ਗਏ ਨੇ ਬੱਚੇ ਵੀ, ਕਿਉਂਕਿ ਸੱਟਾਂ ਲੱਗੀਆਂ ਨੇ ਤੇ ਮਾਂ ਦਾ ਵੀ ਹਾਲ ਦੇਖ ਕੇ ਉਹਨਾਂ ਦੇ ਹੰਝੂ ਰੁਕ ਨਹੀਂ ਰਹੇ ਆ, ਕਿਉਂਕਿ ਮਾਂ ਦੇ ਵੀ ਕਾਫੀ ਸੱਟਾਂ ਲੱਗੀਆਂ ਨੇ, ਖੂਨ ਤੱਕ ਵਹਿਆ ਹੈ। ਸੋ ਲੋਕ ਵੀ ਇੱਥੇ ਇਕੱਠੇ ਹੋਏ ਨੇ ਤੇ ਉਹਨਾਂ ਨੇ ਮੰਗ ਕੀਤੀ ਹੈ ਪ੍ਰਸ਼ਾਸਨ ਤੋਂ ਕਿ ਜਲਦ ਇਸ ਦਾ ਹੱਲ ਕੀਤਾ ਜਾਏ, ਇੱਕ ਤਾਂ ਸੜਕ ਦੀ ਮੁਰੰਮਤ ਕਰਵਾਈ ਜਾਏ ਤੇ ਦੂਜਾ ਇਹਨਾਂ ਆਵਾਰਾ ਕੁੱਤਿਆਂ ਤੇ ਨੱਥ ਪਾਈ ਜਾਏ ਤਾਂ ਜੋ ਰਾਹਗੀਰ ਆਸਾਨੀ ਨਾਲ ਆ ਜਾ ਸਕਣ, ਕਿਉਂਕਿ ਇੱਥੇ ਹੁਣ ਸਕੂਲ ਜਾਂਦੇ ਬੱਚਿਆਂ ਨੂੰ ਵੀ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਿਵੇਂ ਜੇ ਆਉਂਦੇ ਜਾਂਦੇ ਆ, ਜੇ ਕਦੀ ਬਾਈਕ ਤੇਜ਼ ਵੀ ਜਾ ਰਹੀ ਹੈ ਤਾਂ ਉਹਦੇ ਪਿੱਛੇ ਕੁੱਤੇ ਕਰਤੇ ਬਹੁਤ ਜ਼ਿਆਦਾ ਪੈਂਦੇ ਨੇ, ਤਾਂ ਉਸ ਕਰਕੇ ਮਤਲਬ ਬੜਾ ਉਰੇ ਗਾਹ ਪਿਆ ਰਹਿੰਦਾ, ਐਕਸੀਡੈਂਟ ਹੋਣ ਦੇ ਵੀ ਬੜੇ ਚਾਂਸਿਸ ਵਧੇ ਹੋਏ ਨੇਗੇ। ਬਹੁਤ ਉੱਥੇ ਕੁੱਤੇ ਬਹੁਤ ਜ਼ਿਆਦਾ ਹੁੰਦੇ ਨੇ, ਜਿਹੜਾ ਵੀ ਆਉਂਦਾ ਜਾਂਦਾ ਉਹਨੂੰ ਭੌਂਕਦੇ ਨੇ ਸਵੇਰੇ ਸ਼ਾਮ ਜਦੋਂ ਵੀ ਉਰੇ ਹੁੰਦੇ ਨੇ। ਇਹ ਗੱਲ ਜਿੰਨੇ ਵੀ ਕੁੱਤੇ ਹੈਗੇ ਨੇ ਉਰੇ, ਇਹਨਾਂ ਨੂੰ ਦੇਖ ਕੇ ਸਰਕਾਰ 'ਤੇ ਕੋਈ ਐਕਸ਼ਨ ਲੈਣਾ ਚਾਹੀਦਾ ਤਾਂ ਕਿ ਉਰੇ ਜਿਹੜੇ ਲੰਘਣ ਵਾਲੇ ਨੇ ਉਹਨਾਂ ਨੂੰ ਕੋਈ ਦਿੱਕਤ ਪਰੇਸ਼ਾਨੀ ਨਾ ਹੋਵੇ। ਅੱਜ ਜਿਵੇਂ ਇੰਨਾ ਵੱਡਾ ਐਕਸੀਡੈਂਟ ਹੋਇਆ ਜੀ, ਇੰਨੀਆਂ ਮਤਲਬ ਇੱਕ ਦੋ ਲੇਡੀਜ਼ ਇੱਕ ਲੜਕੀ ਬੁਰੀ ਤਰ੍ਹਾਂ ਫੱਟਰ ਹੋਏ ਹੈ, ਹੋਸਪਿਟਲ ਲੈ ਗਏ ਹੈ, ਤੁਸੀਂ ਕੀ ਸਮਝੋ ਉਹਨੂੰ ਕੀ ਕਹਿਣਾ ਚਾਹੋਗੇ? ਉਹ ਕਹਿੰਦੇ ਕੁੱਤੇ ਕਰਕੇ ਸਾਡਾ ਇੱਕ ਸੜਕ 'ਤੇ ਕੁੱਤੇ ਜ਼ਰੂਰੀ ਹੈ ਜੀ, ਜਿਵੇਂ ਹੁਣ ਜਾਨਵਰ ਹੈ, ਕੋਈ ਵੀ ਜਾਨਵਰ ਹੈ, ਭਾਵੇਂ ਕੁੱਤੇ ਨੇ ਭਾਵੇਂ ਗਊਆਂ ਨੇ ਜਾਂ ਫਿਰ ਕੋਈ ਬੈਲ ਬੁਲ ਹੈਗੇ ਨੇ, ਇਹਨਾਂ ਨੂੰ ਸਾਰਿਆਂ ਨੂੰ ਜੀ ਦੇਖਣਾ ਚਾਹੀਦਾ, ਗਵਰਨਮੈਂਟ ਨੂੰ ਇਸ 'ਤੇ ਧਿਆਨ ਦੇਣਾ ਚਾਹੀਦਾ ਕਿਉਂਕਿ ਇਹਨਾਂ ਚੀਜ਼ਾਂ ਕਰਕੇ ਐਕਸੀਡੈਂਟ ਬਹੁਤ ਵੱਧ ਰਹੇ ਨੇ। ਉਹ ਸਾਰੀਆਂ ਚੀਜ਼ਾਂ 'ਤੇ ਉਹਨਾਂ ਨੂੰ ਧਿਆਨ ਦੇਣਾ ਚਾਹੀਦਾ ਤਾਂ ਕਿ ਇਹ ਜਿਹੜੇ ਹਾਦਸੇ ਹੋ ਰਹੇ ਨੇ, ਛੋਟੇ ਬੱਚੇ ਵੀ ਜਾਂਦੇ ਨੇ, ਸਕੂਲ ਵੀ ਜਾਂਦੇ ਨੇ, ਬੱਚੇ ਇਕੱਲੇ ਜਾਂਦੇ ਰਹੇ, ਅਤੇ ਉਹਨਾਂ 'ਤੇ ਮਤਲਬ ਕੰਟਰੋਲ ਕੀਤਾ ਜਾਵੇ ਤਾਂ ਕਿ ਇਹ ਸਾਰੇ ਸੇਫ ਰਹਿਣ। ਇਹ ਸਾਰੀ ਜ਼ਿੰਮੇਵਾਰੀ ਜਿਹੜੀ ਹੈਗੀ ਉਹ ਸਰਕਾਰ ਦੀ ਬਣਦੀ ਹੈ। ਹਾਂ, ਮਤਲਬ ਵਾਈਲਡ ਹੋ ਗਏ, ਉਹ ਪ੍ਰਸ਼ਾਸਨ ਪਕੜਤਾ ਨਹੀਂ ਇਨਕੋ। ਇਹ ਕਿਤਨੇ ਟਾਈਮ ਸੇ ਆਪ ਦੇਖ ਰਹੇ ਹੋ? ਬਹੁਤ ਟਾਈਮ ਸੇ।